ਉਹਨੇ ਵੇਹ ਵੇਖ ਲੈਣਾ ਰੁਮਾਲ ਸੀ ਕੋਈ ਕੱਪੜਾ ਸੀ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੇਰੇ ਅੱਗੇ ਉਹ ਛੰਡਿਆ ਕਹਿ ਲੋ ਇੱਕ ਤਰੀਕੇ ਦੀ ਆਪਣੀ ਆਖਰੀ ਨਿਸ਼ਾਨੀ ਨਾ ਮਿਲੇ ਕਿੰਨਾ ਚਿਰ ਉਹ ਰੁਮਾਲ ਨੂੰ ਸਾਂਭੀ ਰੱਖਿਆ ਮਾਂ ਰਸ਼ੀਦਾ ਬੀਬੀ ਜੀ ਨੇ ਫਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾਵੇ ਇਹ ਫਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾਵੇ ਇਹ ਹੱਥ ਲਾਇਆ ਵੀ ਦੁੱਖ ਦੇ ਨੇ ਮਲਮ ਲਾਇਆ ਵੀ ਦੁੱਖ ਦੇ ਨੇ ਅੱਛਾ ਅੱਛਾ ਆਪਣੇ ਪਰਿਵਾਰ ਦੇ ਜਿਹੜਾ ਇਹਨਾਂ ਦਾ ਨਾਂ ਯਾਦ ਰੱਖਿਆ ਹਾਂ ਬੀਬੀ ਮੈਨੂੰ ਮੇਰੇ ਤੇ ਧੁਨ ਸਵਾਰ ਪਈ ਬੜੀ ਗੱਲ ਹੈ ਜੀ ਜੀ ਬਿਲਕੁਲ ਜੀ ਵਸੀਲੇ ਬਣਦੇ ਰਹੇ ਮਾਤਾ ਜੀ ਨੂੰ ਮੇਰੀ ਮਾਂ ਜੀ ਮੇਰੀ ਮਾਂ ਹੈ ਪਾਕਿਸਤਾਨ ਦੇ ਵਿਚ ਠੀਕ ਹੈ ਜੀ ਬਿਲਕੁਲ ਜੀ ਕੋਈ ਮੇਰੀ ਮਾਂ ਇੱਥੇ ਸੀ ਜਿਹੜੀ ਮੇਰੀ ਮਾਂ ਆ ਹਾਂਜੀ ਹਾਂਜੀ ਹਾਂ ਇਹ ਸਾਰੀ ਕਿੰਨੇ ਡੂੰਘੇ ਨੇ ਕਿਸੇ ਨੇ ਹੱਥ ਨਾ ਪਾਈ ਇਹ ਸਾਰੀ ਕਿੰਨੇ ਡੂੰਘੇ ਨੇ ਕਿਸੇ ਨੇ ਹੱਥ ਨਾ ਪਾਈ ਨਾ ਬਰਸਾਤਾਂ ਚ ਹੜਦੇ ਨੇ ਤੇ ਨਾ ਔੜਾਂ ਚ ਸੁੱਕਦੇ ਨੇ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ ਇਹ ਫਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾਵੇ ਇਹ ਫਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾਵੇ ਇਹ ਹੱਥ ਲਾਇਆ ਵੀ ਦੁੱਖ ਦੇ ਨੇ ਮਲਮ ਲਾਇਆ ਵੀ ਦੁੱਖ ਦੇ ਨੇ ਇਹ ਹੱਥ ਲਾਇਆ ਵੀ ਦੁੱਖ ਦੇ ਨੇ ਮਲਮ ਲਾਇਆ ਵੀ ਦੁੱਖ ਦੇ ਨੇ ਭੱਟੀ ਸਾਹਿਬ ਮੁਹੰਮਦ ਅਨਵਰ ਸਾਹਿਬ
ਅੰਮਾ ਜੀ ਸ਼ਹੀਦਾਂ ਬੀਬੀ ਦੇ ਸਾਹਿਬਜ਼ਾਦੇ ਨੇ ਜਿਹੜੇ ਤੁਹਾਨੂੰ ਮਿਲ ਰਹੇ ਨੇ। ਇੱਧਰ ਆਇਓ ਤੁਸੀਂ ਇੱਧਰ ਆਇਓ ਤੁਸੀਂ ਇੱਧਰ ਆਇਓ। ਕਿੰਨੀ ਕੁ ਉਮਰ ਸੀ ਤੁਹਾਡੀ? ਤੁਹਾਡੀ ਉਸ ਟਾਈਮ ਤੇ 15-16 ਸਾਲ ਹੋਣਗੇ ਤੁਹਾਡੀ ਉਮਰ ਦੇ ਜੀ। ਉਦੋਂ ਕਿੰਨੇ ਹੋਣੇ 16-17? ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਤੇ ਨਹੀਂ ਚੱਪਾ ਪਰ ਕੁਝ ਪਤਾ ਉਹਦੇ ਚਾਰ ਦਿਨ ਨਿਕਲੇ ਬੋਲਾ ਮੈਂ ਕਿਹਾ ਉਹਦਾ ਤੇ ਉਹਦੇ ਕਿਹਾ ਪਤਾ ਕਿ ਉਹ ਕਿ ਚੱਲਦੇ ਮੈਂ ਜਾਂਦਾ ਸਾਡਾ ਬੜਾ ਸੁਣਿਆ ਦਾ ਤੁਹਾਨੂੰ ਅਖੀਰੀ ਟਾਈਮ ਤੇ ਵੀ ਬੜਾ ਯਾਦ ਕਰਦੇ ਸੀ ਕੋਈ ਸਭ ਨੀ ਮੰਨਦਾ ਸੀ ਕੋਈ ਨਾ ਯਾਦ ਕਰਦੇ ਸੀ ਆੜੀ ਵੀਲ ਚੇਅਰ ਤੇ ਮੈਂ ਬਿਠਾ ਕੇ ਨਾ ਉਹਨਾਂ ਨੂੰ ਜਦੋਂ ਖੜਦਾ ਸੀ ਇੱਕ ਐਂਡ ਤੇ ਘਰ ਤੇ ਤੇ ਮੈਂ ਉਹਨਾਂ ਨੂੰ ਹਸਾਉਣ ਲਈ ਕੋਈ ਬੋਲਿਆ ਨੀ ਜਾਂਦਾ ਉਹਨਾਂ ਦਾ ਆਵਾਜ਼ ਚਲੀ ਗਈ ਸੀ ਤੁਹਾਡਾ ਹੀ ਨਾਂ ਨਾ ਲੈ ਕੇ ਦੱਸਿਆ ਵੀ ਉੱਥੇ ਮੇਰੀ ਉਹ ਹਾਂ ਮੈਨੂੰ ਦੱਸਦੇ ਸੀ ਮੈਂ ਉਹਨਾਂ ਨੂੰ ਸਭ ਕੁਝ ਛੇੜਦਾ ਹੁੰਦਾ ਸੀ ਐਵੇਂ ਕਹਿ ਦੇਣਾ ਉਹ ਬੀਜੀ ਤੁਹਾਡੀ ਟੁੱਟਾ ਤੁਹਾਡਾ ਨਾਂ ਲੈਣਾ ਮੈਂ ਲੈ ਨੀ ਸਕਦਾ ਮੈਂ ਐਵੇਂ ਕਹਿ ਦਿੰਦਾ ਤੁਹਾਡੀ ਸਹੇਲੀ ਆਈ ਸ਼ਹੀਦਾਂ ਬੀਬੀ ਆਈ ਤੇ ਮੈਂ ਇੱਦਾਂ ਕਹਿ ਦਿੰਦਾ ਖੁਸ਼ ਹੋ ਜਾਣਾ ਤੇ ਜਦੋਂ ਆਵਾਜ਼ ਨੀ ਚਲੀ ਗਈ ਸੀ ਤੇ ਉਦੋਂ ਫਿਰ ਜਦੋਂ ਮੈਂ ਉਹਨਾਂ ਨੂੰ ਕਹਿਣਾ ਵੀ ਆਹ ਤੁਹਾਡਾ ਪਿੰਡ ਪਸਰੂਰ ਆ ਗਿਆ ਤੇ ਆਹ ਤੁਹਾਡੀ ਆਪਣਾ ਸਹੇਲੀ ਸ਼ਹੀਦਾਂ ਆ ਗਈ ਫੈਮਿਲੀ ਆਈ ਹੈ ਜੀ ਪੂਰੀ ਬਹੁਤ ਖੁਸ਼ੀ ਹੋਈ ਹਾਂ ਮੈਂ ਸਵੇਰ ਦਾ ਵੇਖਣ ਲਿਆ ਤੁਸੀਂ ਆਪਣਾ ਸਾਨੂੰ ਡੀਕਦੇ ਹੋਣੇ ਹੋ ਫਕੀਰ ਦਾ ਕੌਲ ਜਿਹਨੇ ਵੇਖਿਆ ਹੀ ਨੀ ਫਨਾ ਹੋ ਕੇ ਦੱਸੋ ਯਾਰੋ ਕਿਵੇਂ ਉਹ ਬਕਾ ਵੇਖੇ ਠੀਕ ਹੈ ਜੀ ਤੇ ਇਹਦੇ ਪਿੱਛੇ ਅੰਮਾ ਜੀ ਸ਼ਹੀਦਾਂ ਬੀਬੀ ਨੂੰ ਮਤਲਬ ਤੁਸੀਂ ਫਾਇੰਡ ਆਊਟ ਕੀਤਾ ਟਰੇਸ ਕੀਤਾ ਥੋੜਾ ਜਿਹਾ ਨਾ ਇਹਦੇ ਤਰ੍ਹਾਂ ਚਾਨਣਾ ਪਾਓ ਕਿਵੇਂ ਤੁਸੀਂ ਪਹੁੰਚੇ ਇਹਨਾਂ ਤੱਕ? ਮੈਂ ਜੀ ਮੇਰੇ ਕੋਲ ਮਿੱਤਰ ਸਨ ਮਿੱਤਰ ਵੀ ਨਹੀਂ ਸਨ ਮੈਂ ਕਚਹਿਰੀ ਚ ਬੈਠਾ ਸੀ ਅੱਛਾ ਉੱਥੇ ਵਕੀਲ ਸਾਹਿਬ ਗਏ ਸੀ ਕੋਰਟ ਚ ਮੈਂ ਉਹਦੇ ਕਮਰੇ ਚ ਬਹਿ ਗਿਆ ਅੱਛਾ ਇੱਕ ਸੱਜਣ ਆਏ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਜੀ ਉਹ ਗੱਲਬਾਤ ਮੈਨੂੰ ਕਹਿੰਦੇ ਸੀ ਤੁਹਾਡੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਨੇ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿਓ ਅੱਛਾ ਸਾਡਾ ਇੱਕ ਪੰਜਾਬ ਗਰੁੱਪ ਹੈਗਾ ਠੀਕ ਹੈ ਪੰਜਾਬ ਗਰੁੱਪ ਤੁਹਾਡਾ ਨਾਂ ਪਾ ਦਿੰਦੇ ਉਹਨਾਂ ਮੇਰਾ ਨਾਂ ਪਾ ਦਿੱਤਾ ਐਡ ਕਰ ਦਿੱਤਾ ਉਹ ਕਹਿੰਦੇ ਮੈਨੂੰ ਆਪਣਾ ਤਾਰਫ ਕਰਾਓ ਤੁਹਾਡੇ ਇੱਥੇ ਕਿਸ਼ਾਨ ਬਾਜਵਾ ਜੀ ਨੇ ਅੱਛਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਆਪਣਾ ਤਾਰਫ ਕਰਾਓ ਆਪਣਾ ਕਿੱਥੋਂ ਜੇ ਕੀ ਕਰਦੇ ਜੀ ਮੈਂ ਦੱਸਿਆ ਆਪਣੇ ਬਾਰੇ ਇੱਦਾਂ ਸਾਡਾ ਨਾਨਕਾ ਪਰਿਵਾਰ ਪਸੂਰ ਦਾ ਤੇ ਆਪਣਾ ਜਿਹੜੇ ਦਾਦਕੇ ਨੇ ਇਹ ਪਿੱਛੋਂ ਲਾਇਲਪੁਰ ਜਿਹਨੂੰ ਫੈਸਲਾਬਾਦ ਕਹਿੰਦੇ 53 ਚੱਕ ਜੇਬੀ ਦੇ ਨੇ
ਇਹਦਾ ਸਾਡਾ ਇਹ ਪੁਰਾਣਾ ਪਿਛੋਕੜ ਹੈਗਾ ਉਹਦੇ ਵਿੱਚ ਗੁਲਾਮ ਮੁਸਤਫਾ ਡੋਗਰ ਸਾਹਿਬ ਨੇ ਅੱਜ ਕੱਲ੍ਹ ਇੰਗਲੈਂਡ 'ਚ ਰਹਿੰਦੇ ਉਹਨਾਂ ਮੈਨੂੰ ਕਿਹਾ ਜੀ ਵੀ ਭੱਟੀ ਸਾਹਿਬ ਮੇਰਾ ਪਿੰਡ ਵੀ ਲਾਗੇ ਹੀ ਆ ਤੇ ਮੈਂ ਕਸੂਰ ਨੂੰ ਜਾਣਨਾ ਲਾਗੇ ਮੈਂ ਕਸੂਰ ਜਾਂਦਾ ਰਿਹਾ ਉੱਥੇ ਤੇ ਉਹ ਫਿਰ ਮੇਰਾ ਨਾ ਉਹਨਾਂ ਨਾਲ ਕਾਫ਼ੀ ਮੁਹੱਬਤ ਹੋ ਗਈ ਉਦੋਂ ਸ਼ਾਨ ਬਾਜਵਾ ਜੀ ਨਾਲ ਵੀ ਗੱਲ ਕਾਫ਼ੀ ਮੁਹੱਬਤ ਹੋ ਗਈ ਤੇ ਉਹ ਮੁਹੱਬਤ ਦਾ ਬਾਕੀ ਮੈਂ ਗਰੁੱਪ ਛੱਡ ਗਿਆ ਵੈਸੇ ਤੇ ਦੋ ਬੰਦਿਆਂ ਨਾਲ ਮੇਰਾ ਬੜਾ ਰਾਬਤਾ ਰਿਹਾ ਉਸ ਤੋਂ ਬਾਅਦ ਮੈਂ ਇੱਥੇ ਫਿਰ 11 ਨੂੰ ਆਇਆ ਸੀ 11/2/2020 ਨੂੰ ਸ੍ਰੀ ਕਰਤਾਰਪੁਰ ਸਾਹਿਬ ਮੈਂ ਆਇਆ ਸੀ ਇੱਥੇ ਠੀਕ ਤੇ ਮੈਨੂੰ ਫਿਰ ਉੱਥੇ ਆਪਣਾ ਬਾਜਵਾ ਸਾਹਿਬ ਵੀ ਆਏ ਸਨ ਕਿਆਮ ਚੌਹਾਨ ਸਾਹਿਬ ਆਏ ਸਨ ਜੀ ਤੇ ਡੋਗਰ ਸਾਹਿਬ ਵੀ ਇੱਥੇ ਸਨ ਜੀ ਤੇ ਆਪਣਾ ਗੁਰਸ਼ਾਦ ਹੈ ਸਾਡੇ ਬੜੇ ਬਹੁਤ ਸਮੇਂ ਬੱਚੇ ਨੇ ਜਿਹੜੇ ਸਾਡੇ ਲਾਗੇ ਜੀ ਜੀ ਤੇ ਇਹ ਆਏ ਸੀ ਠੀਕ ਤੇ ਕਾਫ਼ੀ ਸਾਡੀਆਂ ਇੱਥੇ ਪਿਆਰ ਨਾਲ ਬੰਦੀਆਂ ਗੱਲਾਂ ਹੋਈਆਂ ਤੇ ਇਸ ਤਰ੍ਹਾਂ ਸਾਡਾ ਪਿਆਰ ਵੱਧਦਾ ਗਿਆ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਸਾਡਾ ਇੱਥੇ ਕਸੂਰ ਚ ਘਰ ਹੈਗਾ ਤੇ ਮੇਰੀ ਯਾਦ ਹੈ ਚੋ ਧੁੰਦਲੀ ਧੁੰਦਲੀ ਸੀ ਕਿ ਸਾਡਾ ਘਰ ਏਦਾਂ ਇੱਕ ਸਵਪਨ ਦਰਵਾਜ਼ੇ ਦੇ ਅੰਦਰ ਐਂਟਰ ਕਰਕੇ ਤੇ ਸੱਜੇ ਖੱਬੇ ਆ ਤੇ ਆ ਚਿੱਠੀ ਮੈਨੂੰ ਚਿੱਠੀ ਖੁਸ਼ ਦਾ ਨਹੀਂ ਸੀ ਪਤਾ ਤੇ ਉਹ ਫਿਰ ਮੈਂ ਉਹਨਾਂ ਨੂੰ ਜਦੋਂ ਕਿਹਾ ਜੀ ਮੇਰੇ ਇਸ ਤਰ੍ਹਾਂ ਇਸ ਤਰ੍ਹਾਂ ਆਇਆ ਉਹਨਾਂ ਕਾਫ਼ੀ ਲੱਭਿਆ ਤੇ ਉਹ ਫਿਰ ਕੁਛ ਪਤਾ ਨਾ ਲੱਗੇ ਕਈ ਸੱਜਣਾਂ ਨੇ ਉਹ ਇਲਾਕਾ ਲੱਭਿਆ ਪਰ ਗੱਲ ਨਾ ਬਣੀ ਕੋਈ ਸੁਰਾਗ ਨਹੀਂ ਲੱਗਾ ਸੁਰਾਗ ਨਹੀਂ ਲੱਗਾ ਉਸ ਤੋਂ ਬਾਅਦ ਜੀ ਆਪਣਾ ਮੁਸਤਫਾ ਡੋਗਰ ਸਾਹਿਬ ਜਿਹੜੇ ਸੀ ਜੀ ਬੜੇ ਅਸਲੇ ਮੇਰੇ ਪਿਆਰੇ ਨੇ ਤੇ ਉੱਥੇ ਇੰਗਲੈਂਡ 'ਚ ਰਹਿੰਦੇ ਆ ਜੀ ਉਹ ਕੁਦਰਤੀ ਉਹ ਇਲਾਕੇ 'ਚ ਬੈਠੇ ਸੀ ਜਿੱਥੇ ਸਾਡਾ ਘਰ ਆ ਅੱਛਾ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਅਚਾਨਕ ਮੈਂ ਕਿਹਾ ਕਿੱਥੇ ਜੇ ਕਹਿੰਦੇ ਯਾਰ ਮੈਂ ਤੁਹਾਡਾ ਕਸੂਰ ਇਲਾਕੇ 'ਚ ਬੈਠਾ ਅੱਛਾ ਤੇ ਉਹ ਜਿੱਥੇ ਬੈਠੇ ਸੀ ਤੇ ਉਹਨਾਂ ਦਾ ਨਾਮ ਆਜ਼ਮ ਸੀ ਅੱਜ ਕੱਲ ਮੇਰਾ ਘਰ ਸਾਊਦੀ ਅਰੇਬੀਆ ਤੇ ਤੁਹਾਡੇ ਮਾਮਾ ਜੀ ਨੇ ਅੱਛਾ 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 ਠੀਕ ਹੈ ਠੀਕ ਹਾਂਜੀ ਹਾਂ ਤੇ ਉਹਨਾਂ ਕੋਲ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਦੱਸੋ ਵੀ ਇੱਦਾਂ ਦਾ ਘਰ ਉਹ ਕਹਿੰਦੇ ਉਹ ਮੇਰੇ ਲਾਗੇ ਹੁਣ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਉਹ ਫਿਰ ਉਹਨਾਂ ਨੇ ਜਵਾਬ ਚੱਲ ਜਾਣਾ ਸੀ ਉੱਥੇ ਆਪਣਾ ਸਾਊਦੀ ਅਰੇਬੀਆ ਚ ਤੇ ਉਹ ਕਹਿੰਦੇ ਤੁਹਾਨੂੰ ਇੱਕ ਮੈਸੇਜ ਮੈਂ ਛੱਡ ਜਾਂਗਾ ਫੋਨ ਨੰਬਰ ਦੇ ਦਾਂਗਾ ਤੁਸੀਂ ਰਾਬਤਾ ਕਰ ਲਿਓ ਮੀਨ ਟਾਈਮ ਫਿਰ ਮੈਂ ਆਪਣੇ ਬੜੇ ਪਿਆਰੇ ਸੱਜਣ ਸਾਡੇ ਕੋਲ ਬੈਠੇ ਨੇ ਅਸਲ ਦੇ ਹਾਂਜੀ ਗੁਰਸ਼ਾਦ ਸਾਹਿਬ ਜੀ ਤੇ ਇਹਨਾਂ ਨਾਲ ਮੈਂ ਰਾਬਤਾ ਕਾਇਮ ਕੀਤਾ ਠੀਕ ਫਿਰ ਇਹਨਾਂ ਨੇ ਤੇ ਆਪਣਾ ਤੁਸੀਂ ਹਾਂਜੀ ਹਾਂਜੀ ਰਲ ਕੇ ਉਹ ਘਰ ਨੂੰ ਲੱਭਿਆ ਉਹ ਗਰਾਊਂਡ ਆਲਰੇਡੀ ਪਿਆਰ ਇੱਕ ਇਤਫਾਕ ਵੀ ਆ ਹਾਂਜੀ ਕਹਿ ਲਓ ਇੱਕ ਇਤਫਾਕ ਵੀ ਆ ਜੀ ਜੀ ਜਿੱਥੇ ਪੰਜਾਬੀ ਚ ਕਹਿੰਦੇ ਜਿੱਥੇ ਚਾਹ ਤੇ ਉੱਥੇ ਰਾਹ ਠੀਕ ਹੈ ਜੀ ਮੇਰੇ ਮਨ ਚ ਬੜੀ ਬਰਨਿੰਗ ਡਿਜ਼ਾਇਰ ਸੀ ਵੀ ਮੈਂ ਲੱਭ ਕੇ ਛੱਡਣਾ ਲੱਭ ਕੇ ਛੱਡਣਾ ਇਹ ਘਰ ਠੀਕ ਹੈ ਜੀ ਤੇ ਮੈਂ ਆਨ ਐਂਡ ਆਫ ਇਹਨਾਂ ਨਾਲ ਗੱਲ ਕਰਦਾ ਹੀ ਰਹਿੰਦਾ ਸੀ ਆਪਣੀ ਐਫਰਟਸ ਮੈਂ ਜਾਰੀ ਰੱਖੀਆਂ ਤੇ ਉਹ ਐਫਰਟਸ ਹੀ ਅੱਜ ਫਰੂਟਫੁੱਲ ਹੋਈਆਂ ਨੇ ਸਾਨੂੰ ਆਪਣੀ ਮਾਂ ਦੇ ਦਰਸ਼ਨ ਹੋਏ ਆ ਜੀ ਮੇਰੀ ਮਾਂ ਦੇ ਠੀਕ ਹੈ ਇਹ ਮੇਰੀ ਦੂਸਰੀ ਮਾਂ ਹੈ ਬੜੀ ਗੱਲ ਹੈ ਜੀ ਬੜੀ ਗੱਲ ਹੈ ਬਿਲਕੁਲ ਜੀ ਬਿਲਕੁਲ ਜੀ ਜਿਹੜੇ ਸਾਡੇ ਆਪਣਾ ਵਿਊਅਰਸ ਨੇ ਸਾਡੇ ਚੈਨਲ ਨੂੰ ਵੇਖਣ ਤੱਕ ਨਾਲ ਇਹਨਾਂ ਨੂੰ ਪਤਾ ਹੈ ਕਿ ਅਸੀਂ ਪਿੱਛੇ ਜੇ ਇੱਕ ਸਟੋਰੀ ਰਿਕਾਰਡ ਕੀਤੀ ਸੀ ਆਪਣਾ ਬੀਬੀ ਕਿਰਪਾਲ ਕੌਰ ਜੀ ਤੇ ਉਹਨਾਂ ਦੀ ਸਹੇਲੀ ਆਪਣਾ ਅੰਮਾ ਜੀ ਸ਼ੀਦਾ ਬੀਬੀ ਇਹਨਾਂ ਜਿਹੜਾ ਸਾਰਾ ਮੋਹ ਪਿਆਰ ਸੀ ਉਹ ਸਾਰੀ ਗੱਲਬਾਤ ਇਹਨਾਂ ਨੇ ਦੱਸੀ ਵੀ ਤੇ ਤੁਸੀਂ ਅਗਰ ਇਹਨਾਂ ਨੂੰ ਕੋਈ ਗੱਲਬਾਤ ਕੋਈ ਪੁਰਾਣੀ ਯਾਦ ਪੁੱਛਣਾ ਚਾਹੁੰਦੇ ਹੋ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਸੀ ਕੋਈ ਆਖਰੀ ਵੇਲੇ ਰੁਮਾਲ ਸੀ ਉਹਨਾਂ ਦੇ ਹੱਥ ਵਿੱਚ ਕੋਈ ਕੱਪੜਾ ਸੀ ਉਹਨਾਂ ਨੇ ਇਹ ਕਰਕੇ ਨਾ ਮੇਰੇ ਵੱਲ ਛੰਡਿਆ ਤੇ ਕਈ ਧਾਕੇ ਨਾਲ ਉਹਨੂੰ ਮੈਂ ਸਾਂਭ ਕੇ ਰੱਖਿਆ ਕਿ ਬਈ ਐ ਨਾ ਆਪਣਾ ਤੁਸੀਂ ਉਹ ਦੱਸੋ ਜੋ ਆਖਰ ਵੇਲੇ ਮੇਰੀ ਮਾਂ ਨੇ ਤੁਹਾਨੂੰ ਜਿਹੜਾ ਰੁਮਾਲ ਦਿੱਤਾ ਉਹਦੇ ਬਾਰੇ ਦੱਸੋ ਸਾਡੀ ਵੇਖੋ ਜੀ ਮੈਂ ਆਪਣੀ ਮਾਂ ਨੂੰ ਸ਼ਾਲ ਖੋਲ ਕੇ ਉਹਨਾਂ ਨੂੰ ਦੇ ਇਹ ਸਾਡਾ ਉਹ ਰੁਮਾਲ ਸੀ ਨਾ ਹੁਣ ਇਹ ਸ਼ਾਲ ਬਣ ਗਿਆ ਵਾਹ ਜੀ ਨਹੀਂ ਨਹੀਂ ਦੇਖੋ ਇਹ ਆਪਣੀ ਸਾਡੀ ਮੁਹੱਬਤ ਆ ਤੁਹਾਡੀ ਤੁਹਾਡਾ ਵੀ ਸਵਾਲ
ਸਭ ਬਣੇ ਤੁਸੀਂ ਹਿੰਦੁਸਤਾਨ ਆਓ ਸਾਡੇ ਕੋਲ ਅੱਛਾ ਪਾਪਾ ਇਹੋ ਜਿਹਾ ਰੱਬ ਪਰਮਾਤਮਾ ਇੰਨਾ ਖੋਲਿਆ ਤੇ ਹੋਰ ਵੀ ਏਡਾ ਸਾਡੇ ਸਖਤੀ ਬੜੀ ਨਹੀਂ ਤੇ ਅਸੀਂ ਤੁਹਾਨੂੰ ਨਹੀਂ ਸਾਡੇ ਬਹੁਤ ਸਖਤੀ ਹੈ ਸਿੱਧੀ ਤੁਹਾਨੂੰ ਦੱਸਣਾ ਸਮਾਨ ਲੈ ਕੇ ਦੋ ਬਣੇ ਵੰਡ ਕੇ ਲੈ ਕੇ ਆਏ ਸਾਡੇ ਫੋਨ ਰੋਕੇ ਨਾ ਅਨਵਰ ਜੀ ਤੁਹਾਡੇ ਲਈ ਮੈਂ ਛੋਟਾ ਜਿਹਾ ਤੋਹਫਾ ਲੈ ਕੇ ਆਇਆ ਇਧਰ ਆਓ ਪਿੱਛੇ ਤੇ ਤੁਹਾਡੇ ਰੁਮਾਲ ਰੱਖ ਲਓ ਗੁਰਦੁਆਰੇ ਸਾਹਿਬ ਦੇ ਯਾਤਰੀ ਨਾਲ ਲੈ ਕੇ ਬਹੁਤ ਚੰਗੇ ਬਹੁਤ ਬਹੁਤ ਠੀਕ।